ਸਾਰੇ ਦਰਸ਼ਕਾਂ ਦਾ ਸਵਾਗਤ ਆ। ਜਿਸ ਤਰ੍ਹਾਂ ਕਿ ਸਾਰੇ ਲੋਕਾਂ ਨੂੰ ਪਤਾ ਕਿ ਇਲੈਕਸ਼ਨ ਜਿਹੜੀ ਆ ਉਹ ਆ ਰਹੀ ਆ, 1 ਤਰੀਕ ਨੂੰ ਜਿਹੜੀ ਆ ਪੰਜਾਬ ਦੇ ਵਿੱਚ ਆਖਰੀ ਪੜਾਅ ਦੀ ਵੋਟਿੰਗ ਜਿਹੜੀ ਹੋ ਰਹੀ ਆ, ਤੇ 4 ਤਰੀਕ ਨੂੰ ਜਿਹੜੇ ਆ ਰਿਜ਼ਲਟ ਜਿਹੜੇ ਆ ਰਹੇ ਆ। ਉਸੇ ਸੰਬੰਧ ਦੇ ਵਿੱਚ ਹਰ ਕੋਈ ਜੱਦੋ ਜਹਾਜ਼ ਦੇ ਵਿੱਚ ਲੱਗਿਆ ਹੋਇਆ, ਹਰ ਕੋਈ ਮੈਦਾਨ ਦੇ ਵਿੱਚ ਉਤਰ ਰਿਹਾ। ਜੇ ਆਪਾਂ ਗੱਲ ਕਰੀਏ ਖਡੂਰ ਸਾਹਿਬ ਹਲਕੇ ਦੀ, ਖਡੂਰ ਸਾਹਿਬ ਹਲਕੇ ਦੇ ਵਿੱਚ ਜੇ ਗੱਲ ਕਰੀਏ ਉੱਥੇ ਕਾਫੀ ਉਮੀਦਵਾਰ ਜਿਹੜੇ ਆ ਮੈਦਾਨ ਚ ਉਤਰੇ ਹੋਏ ਆ। ਜੇ ਆਪਾਂ ਗੱਲ ਕਰੀਏ ਕਾਂਗਰਸ ਤੋਂ ਕੁਲਦੀਪ ਜੀਰਾ, ਤੇ ਦੂਸਰੇ ਪਾਸੇ ਜੇ ਗੱਲ ਕਰੀਏ ਅੰਮ੍ਰਿਤਪਾਲ ਵੀ ਜਿਹੜੀ ਆ ਇਸ ਸੀਟ ਤੋਂ ਜਿਹੜੇ ਆ ਖਡੂਰ ਸਾਹਿਬ ਵਿੱਚੋਂ ਲੜ ਰਹੇ ਆ, ਤੇ ਹੋਰ ਜਿਹੜੇ ਆ ਕਾਫੀ ਜਿਹੜੇ ਚਾਹੇ ਉਹ ਬੀਜੇਪੀ ਦੀ ਗੱਲ ਕਰੀਏ ਚਾਹੇ ਹੋਰ ਬੰਦੇ ਦੀ ਗੱਲ ਕਰੀਏ ਉਹ ਮੈਦਾਨ ਚ ਉਤਰੇ ਹੋਏ ਆ। ਇਸੇ ਤਰ੍ਹਾਂ ਜੇ ਆਪਾਂ ਗੱਲ ਕਰੀਏ ਕਪੂਰਥਲੇ ਦੇ ਵਿੱਚ ਮੈਦਾਨ ਚ ਉਤਰਨ ਲਈ ਤਿਆਰ ਨੇ, ਸਭ ਤੋਂ ਪਹਿਲੇ ਇਹਨਾਂ ਦਾ ਨਾਂ ਪੁੱਛਾਂਗੇ ਤੇ ਇਹਨਾਂ ਦੀ ਪਾਰਟੀ ਜਿਹੜੀ ਆ ਉਹ ਪੁੱਛਾਂਗੇ ਤੇ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਇਹ ਮੈਦਾਨ ਦੇ ਵਿੱਚ ਉਤਰ ਰਹੇ ਆ ਤੇ ਗੱਲਬਾਤ ਕਰਾਂਗੇ। ਕੀ ਨਾਂ ਜੀ ਪਹਿਲੇ ਆਪਣਾ? ਪਰਮਜੀਤ ਸਿੰਘ ਜੀ। ਪਰਮਜੀਤ ਜੀ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲੇ ਤੇ ਤੁਹਾਡਾ ਸਵਾਗਤ ਆ ਸਾਡੇ ਲਿਵਿੰਗ ਇੰਡੀਆ ਨਿਊਜ਼ ਚੈਨਲ ਉੱਤੇ। ਥੈਂਕ ਯੂ ਜੀ। ਤੁਸੀਂ ਚੋਣ ਦੇ ਵਿੱਚ ਮੈਦਾਨ 'ਚ ਤੁਸੀਂ ਵੀ ਉਤਰ ਰਹੇ ਹੋ, ਚੋਣ ਲੜ ਰਹੇ ਹੋ, ਸਭ ਤੋਂ ਪਹਿਲੇ ਕਿਹੜੀ ਪਾਰਟੀ ਨੂੰ ਤੁਸੀਂ ਬਿਲੋਂਗ ਕਰਦੇ ਹੋ ਤੇ ਸਾਡੇ ਦਰਸ਼ਕਾਂ ਦੱਸੋ। ਸਾਡੀ ਏਕਤਾ ਪਾਰਟੀ ਜੀ, ਗੁਰਮੀਤ ਲਾਲ ਬਿੱਟੂ ਜੀ ਸਾਡੇ ਸੀਨੀਅਰ, ਅਸੀਂ ਕਾਫੀ ਲੋਕਾਂ 'ਚ ਵਿਚਰਦੇ ਹਾਂ। ਤੁਸੀਂ ਖਡੂਰ ਸਾਹਿਬ ਤੋਂ ਹਲਕੇ ਤੋਂ ਚੋਣ ਲੜ ਰਹੇ ਹੋ, ਐਲਾਨ ਕਰ ਦਿੱਤਾ ਹੋਇਆ, ਹੁਣ ਵੀ ਥੋੜ੍ਹੀ ਦੇਰ ਤੱਕ ਤੁਸੀਂ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਹੋ, ਕੀ ਮਨ 'ਚ ਕੀ ਆਇਆ ਕਿ ਚੋਣ ਤੁਸੀਂ ਲੜ ਰਹੇ ਹੋ ਪਹਿਲੀ ਵਾਰੀ ਖਡੂਰ ਸਾਹਿਬ ਦੇ ਹਲਕੇ ਦੇ ਵਿੱਚੋਂ, ਤੇ ਕਿਹੜੇ ਮੁੱਦਿਆਂ ਨੂੰ ਲੈ ਕੇ ਤੁਸੀਂ ਚੋਣ ਲੜ ਰਹੇ ਹੋ? ਦੇਖੋ ਜੀ, ਨਸ਼ੇ ਦੇ ਮੁੱਦੇ 'ਤੇ, ਜੋ ਨਸ਼ਾ ਬਹੁਤ ਪੰਜਾਬ ਦੇ ਵਿੱਚ ਹੋਇਆ, ਇਹਦੇ ਵਿੱਚ ਨੌਜਵਾਨੀ ਖਤਮ ਹੋ ਰਹੀ ਆ, ਆਪਾਂ ਇਹ ਨਸ਼ੇ ਦੇ ਮੁੱਦੇ 'ਤੇ ਪਹਿਲਦਾਰ ਕੰਮ ਕਰਾਂਗੇ। ਕਿੰਨੀ ਦੇਰ ਹੋ ਗਈ ਤੁਹਾਡੀ ਜਿਹੜੀ ਪਾਰਟੀ ਨੂੰ ਬਣੇ ਨੂੰ, ਅਤੇ ਪਾਰਟੀ ਸਪੋਰਟ ਕਰ ਰਹੀ ਕੋਈ ਤੁਹਾਨੂੰ? ਹਾਂਜੀ, ਪਾਰਟੀ ਸਪੋਰਟ ਕਰ ਰਹੀ ਮੈਨੂੰ ਕਾਫੀ 7-8 ਸਾਲ ਇਹ ਪਾਰਟੀ ਦੇ ਵਿੱਚ ਕੰਮ ਕਰ ਰਹੇ, ਮੈਂ ਬਤੌਰ ਵਾਈਸ ਪ੍ਰਧਾਨ ਦੇ ਤੌਰ 'ਤੇ ਕਾਫੀ ਲੋਕਾਂ 'ਚ ਵਿਚਰਦੇ ਹਾਂ, ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰੀਦਾ। ਕਪੂਰਥਲੇ ਦੇ ਤੁਸੀਂ ਉਹ ਜੰਪਲ ਕਪੂਰਥਲੇ ਦਾ ਕਿਹੜੇ ਸੁਧਾਰ ਤੁਸੀਂ ਹੁਣ ਤੱਕ ਦੇਖੇ ਹੋ, ਕਿਹੜੇ ਸੁਧਾਰ ਜਿਹੜੇ ਹੋਣ ਵਾਲੇ ਹੋ ਕੱਲ੍ਹ ਨੂੰ ਤੁਸੀਂ ਜੇ ਤੁਸੀਂ ਚੀਜ਼ ਜੁੜਦੇ ਹੋ, ਅਤੇ ਕਿਹੜੇ ਮੁੱਦਿਆਂ ਨੂੰ ਲੈ ਕੇ ਤੁਸੀਂ ਉੱਪਰ ਤੱਕ ਜਾਓਗੇ? ਦੇਖੋ ਜੀ, ਨੌਕਰੀ, ਜੋ ਨੌਜਵਾਨਾਂ ਨੂੰ ਪੜ੍ਹਾਈਆਂ ਕਰਕੇ ਨੌਕਰੀ ਨਹੀਂ ਮਿਲ ਰਹੀ, ਨੌਕਰੀ ਦਾ ਮੁੱਦਾ ਆਪਾਂ ਪਹਿਲਦਾਰ 'ਤੇ ਰੱਖਾਂਗੇ। ਐਜੂਕੇਸ਼ਨ, ਜੋ ਐਜੂਕੇਸ਼ਨ ਦਾ ਮੁੱਦਾ ਵੀ ਆਪਾਂ ਰੱਖਾਂਗੇ। ਡਿਵੈਲਪਮੈਂਟ ਨੂੰ ਲੈ ਕੇ ਕੀ ਤੁਸੀਂ ਦੇਖ ਰਹੇ ਹੋ? ਡਿਵੈਲਪਮੈਂਟ ਨੂੰ ਵੀ ਕਾਫੀ ਦੇਖੋ, ਪਿੰਡਾਂ ਦੇ ਵਿੱਚ ਜੋ ਰੋਡ ਆ, ਕੋਈ ਸੜਕਾਂ ਅੱਜ ਤੱਕ ਕਿਸੇ ਬੈਂਕਾਂ ਨੂੰ ਰੋਡਾਂ ਨੂੰ ਕੋਈ ਕੰਮ ਨਹੀਂ ਹੋਇਆ, ਉਹ ਕੰਮ ਦਾ ਆਪਾਂ ਪਹਿਲਦਾਰ 'ਤੇ ਰੱਖਾਂਗੇ। ਹੋਰ ਕੀ ਤੁਹਾਡੇ ਹੈ ਮਨ ਦੇ ਵਿੱਚ ਕਿ ਕੀ ਹੋਣਾ ਚਾਹੀਦਾ ਵਾ, ਕਿਉਂਕਿ ਸਰਕਾਰਾਂ ਕਈ ਗਈਆਂ, ਸਰਕਾਰਾਂ ਕਈ ਆਈਆਂ, ਹੁਣ ਤੁਸੀਂ ਵੀ ਮੈਦਾਨ ਦੇ ਵਿੱਚ ਉਤਰੇ ਹੋ, ਕੀ ਕਹੋਗੇ? ਦੇਖੋ, ਸਰਕਾਰਾਂ ਆਈਆਂ ਵਾਅਦੇ ਕਰ ਲੈਂਦੇ ਆ, ਅੱਜ ਤੱਕ ਲੋਕਾਂ ਦਾ ਕੋਈ ਵਾਅਦੇ ਜਿਹੜੇ ਉਹ ਪੂਰੇ ਨਹੀਂ। ਇਹ ਆ ਵੀ ਜੋ ਲੋਕਾਂ ਦੀਆਂ ਮੁਸ਼ਕਲਾਂ ਵਾ ਉਹ ਆਪਾਂ ਪਹਿਲਦਾਰ 'ਤੇ ਉਹਨਾਂ ਦਾ ਕੰਮ ਕਰਾਂਗੇ। ਆਪਾਂ ਲੋਕਲ ਕਪੂਰਥਲੇ, ਅਤੇ ਕਪੂਰਥਲੇ ਦੇ ਵਿੱਚ ਹੀ ਸਾਡਾ ਦਫ਼ਤਰ ਆ, ਅਤੇ ਇਹ ਦਫ਼ਤਰ ਦੇ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇ। ਸਾਡੇ ਨਾਲ ਪਰਮਜੀਤ ਸਿੰਘ, ਜੋ ਕਿ ਏਕਤਾ ਪਾਰਟੀ ਤੋਂ ਚੋਣ ਜਿਹੜੇ ਆ ਉਹ ਲੜ ਰਹੇ ਆ, ਅਤੇ ਆਪਣੀ ਕਿਸਮਤ ਜਿਹੜੀ ਆ ਉਹ ਅਜਮਾ ਰਹੇ ਆ ਕਿ ਹੁਣ ਦੇਖਣਾ ਇਹ ਹੋਵੇਗਾ ਕਿ ਖਡੂਰ ਸਾਹਿਬ ਜਿਹੜੇ ਹਲਕੇ ਦੀ ਜਿਹੜੀ ਸੀਟ ਆ, ਇੱਕ ਪਾਸੇ ਉਹ ਹੋਟ ਸੀਟ ਜਿਹੜੀ ਆ ਉਹ ਬਣ ਚੁੱਕੀ ਆ, ਦੂਸਰੇ ਪਾਸੇ ਇੱਕ ਉਮੀਦਵਾਰ ਜਿਹੜਾ ਵਾ ਹੋਰ ਉਤਰਨ ਨੂੰ ਤਿਆਰ ਆ।
ਜੇ ਆਪਾਂ ਗੱਲ ਕਰੀਏ ਖਡੂਰ ਸਾਹਿਬ ਦੀ, ਤੇ ਹੁਣ ਦੇਖਣ ਯੋਗ ਇਹ ਹੋਏਗਾ ਕਿ ਜਿਹੜੀਆਂ ਆਉਣ ਵਾਲੀਆਂ ਚੋਣਾਂ 1 ਤਰੀਕ ਨੂੰ ਤੇ 4 ਤਰੀਕ ਨੂੰ ਜਿਹੜੀ ਗਿਣਤੀ ਹੋਣ ਵਾਲੀ ਆ, ਉਹਦੇ ਵਿੱਚ ਕਿਹਦਾ ਜਿਹੜਾ ਵਾ ਭਾਗੇ ਚਮਕਦਾ ਵਾ ਤੇ ਕਿਹਦੇ ਸਿਰ ਦੇ ਉੱਤੇ ਜਿਹੜਾ ਵਾ ਸਰਤਾਜ ਜਿਹੜਾ ਵਾ ਉਹ ਦੇਖਿਆ ਜਾਏਗਾ। ਕਪੂਰਥਲਾ ਤੋਂ ਕੈਮਰਾਮੈਨ ਰਜਿੰਦਰ ਰਾਜੂ ਦੇ ਨਾਲ ਗਗਨ ਬਹਿਲ ਦੀ ਰਿਪੋਰਟ, ਲਿਵਿੰਗ ਇੰਡੀਆ ਨਿਊਜ਼।